ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਜੀ, ਅਤੇ ਮਹਾਰਾਜ ਦਾ ਹਮੇਸ਼ਾ ਹੀ ਓਟ ਆਸਰਾ ਓਟ ਲੋੜਦੇ ਹਾਂ ਜੀ। ਇਸ ਤਰ੍ਹਾਂ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀ ਆ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ, ਅਸਲ 'ਚ ਰਹਿ ਵੀ ਕਾਹਦਾ ਸਕੀਏ, ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ, ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ। ਅਤੇ ਜਦੋਂ ਦਰਬਾਰ ਸਾਹਿਬ ਆਉਂਦੇ ਹਾਂ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਹੋ, ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ, ਅਤੇ ਬੰਦਾ ਮੰਗਤੇ ਵਰਗਾ ਰਹੇ ਤਾਂ ਠੀਕ ਰਹਿੰਦਾ ਜੀ, ਔਕਾਤ ਤੁਹਾਨੂੰ ਯਾਦ ਰਹਿੰਦੀ। ਸੋ ਦਰਬਾਰ ਸਾਹਿਬ ਆਇਆ ਜੀ, ਬਹੁਤ ਆਨੰਦ ਆ ਰਿਹਾ, ਮਹਾਰਾਜ ਦੀ ਕਿਰਪਾ, ਬਹੁਤ ਸ਼ੁਕਰ ਹੈ ਜੀ, ਥੈਂਕ ਯੂ। ਅੱਜ ਬੜਾ ਪਵਿੱਤਰ ਦਿਹਾੜਾ ਹੈ, ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀਂ ਵਿਛੋੜਾ ਦੇ ਕੇ ਗਏ, ਜੋਤੀ ਜੋਤ ਸਮਾਏ, ਅਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਅਤੇ ਹੈਪੀ ਰਿਹਾ ਕੋਟੀ, ਮੇਰਾ ਛੋਟਾ ਭਰਾ ਅਜ਼ੀਜ਼ ਮੇਰਾ, ਅਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਅਤੇ ਗਮਦੂਰ, ਉਹ ਵੀ ਦੋਨੇ ਆਏ ਨੇ, ਅਤੇ ਨਕਮਸਤਕ ਹੋਣ ਆਇਆ, ਆਸ਼ੀਰਵਾਦ ਲੈਣ ਆਇਆ ਸੱਚੇ ਪਾਤਸ਼ਾਹ ਦਾ, ਗੁਰੂ ਰਾਮਦਾਸ ਜੀ। ਹਾਂਜੀ, ਇੱਕ ਇਹਨਾਂ ਨੇ ਗਮਦੂਰ ਅਤੇ ਦੋਨਾਂ ਭਰਾਵਾਂ ਨੇ ਇੱਕ ਬਹੁਤ ਹੀ ਖੂਬਸੂਰਤ ਫਿਲਮ ਲਿਖੀ ਹੈ, ਅਤੇ ਹੈਪੀ ਰਾਏ ਕੋਟੀ ਸਾਹਿਬ ਉਹਨਾਂ ਦੇ ਗੀਤ ਲਿਖਣਗੇ, ਅਤੇ ਉਸ ਫਿਲਮ ਦੇ ਕੰਸੈਪਟ ਨੂੰ ਡਿਸਕਸ ਕਰਨ ਦੇ ਲਈ ਅੱਜ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਉਹਨਾਂ ਦੀ ਧਾਰਮਿਕ ਅਧਿਐਨ ਕਰਦੀ ਹੈਗੀ ਆ, ਪ੍ਰਚਾਰ ਕਮੇਟੀ, ਉਹਨਾਂ ਦੇ ਨਾਲ ਡਿਸਕਸ ਕੀਤਾ ਹੈਗਾ, ਇੱਕ ਸੋਸ਼ਲ ਫਿਲਮ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ ਇੱਥੇ ਓਟ ਆਸਰਾ ਵੀ ਲੈਣ ਆਇਆ ਸੱਚੇ ਪਾਤਸ਼ਾਹ ਤੋਂ, ਅਤੇ ਇਸ ਲਈ ਅੱਜ ਵਿਸ਼ੇਸ਼ ਤੌਰ 'ਤੇ। ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਜੀ, ਅਤੇ ਮਹਾਰਾਜ ਦਾ ਹਮੇਸ਼ਾ ਹੀ ਓਟ ਆਸਰਾ ਓਟ ਲੋੜਦੇ ਹਾਂ ਜੀ। ਇਸ ਤਰ੍ਹਾਂ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀ ਆ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ, ਅਸਲ 'ਚ ਰਹਿ ਵੀ ਕਾਹਦਾ ਸਕੀਏ, ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ, ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ। ਅਤੇ ਜਦੋਂ ਦਰਬਾਰ ਸਾਹਿਬ ਆਉਂਦੇ ਹਾਂ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਹੈ ਜੀ ਤੁਸੀਂ ਕੀ ਹੋ, ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ, ਅਤੇ ਬੰਦਾ ਮੰਗਤੇ ਵਰਗਾ ਰਹੇ ਤਾਂ ਠੀਕ ਰਹਿੰਦਾ ਜੀ, ਔਕਾਤ ਤੁਹਾਨੂੰ ਯਾਦ ਰਹਿੰਦੀ। ਸੋ ਦਰਬਾਰ ਸਾਹਿਬ ਆਇਆ ਜੀ, ਬਹੁਤ ਆਨੰਦ ਆ ਰਿਹਾ, ਮਹਾਰਾਜ ਦੀ ਕਿਰਪਾ, ਬਹੁਤ ਸ਼ੁਕਰ ਹੈ ਜੀ, ਥੈਂਕ ਯੂ। ਅੱਜ ਬੜਾ ਪਵਿੱਤਰ ਦਿਹਾੜਾ ਹੈ, ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀਂ ਵਿਛੋੜਾ ਦੇ ਕੇ ਗਏ, ਜੋਤੀ ਜੋਤ ਸਮਾਏ, ਅਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਅਤੇ ਹੈਪੀ ਰਿਹਾ ਕੋਟੀ, ਮੇਰਾ ਛੋਟਾ ਭਰਾ ਅਜ਼ੀਜ਼ ਮੇਰਾ, ਅਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਅਤੇ ਗਮਦੂਰ, ਉਹ ਵੀ ਦੋਨੇ ਆਏ ਨੇ, ਅਤੇ ਨਕਮਸਤਕ ਹੋਣ ਆਇਆ, ਆਸ਼ੀਰਵਾਦ ਲੈਣ ਆਇਆ ਸੱਚੇ ਪਾਤਸ਼ਾਹ ਦਾ, ਗੁਰੂ ਰਾਮਦਾਸ ਜੀ। ਹਾਂਜੀ, ਇੱਕ ਇਹਨਾਂ ਨੇ ਗਮਦੂਰ ਅਤੇ ਦੋਨਾਂ ਭਰਾਵਾਂ ਨੇ ਇੱਕ ਬਹੁਤ ਹੀ ਖੂਬਸੂਰਤ ਫਿਲਮ ਲਿਖੀ ਹੈ, ਅਤੇ ਹੈਪੀ ਰਾਏ ਕੋਟੀ ਸਾਹਿਬ ਉਹਨਾਂ ਦੇ ਗੀਤ ਲਿਖਣਗੇ, ਅਤੇ ਉਸ ਫਿਲਮ ਦੇ ਕੰਸੈਪਟ ਨੂੰ ਡਿਸਕਸ ਕਰਨ ਦੇ ਲਈ ਅੱਜ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਉਹਨਾਂ ਦੀ ਧਾਰਮਿਕ ਅਧਿਐਨ ਕਰਦੀ ਹੈਗੀ ਆ, ਪ੍ਰਚਾਰ ਕਮੇਟੀ, ਉਹਨਾਂ ਦੇ ਨਾਲ ਡਿਸਕਸ ਕੀਤਾ ਹੈਗਾ, ਇੱਕ ਸੋਸ਼ਲ ਫਿਲਮ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ ਇੱਥੇ ਓਟ ਆਸਰਾ ਵੀ ਲੈਣ ਆਇਆ ਸੱਚੇ ਪਾਤਸ਼ਾਹ ਤੋਂ, ਅਤੇ ਇਸ ਲਈ ਅੱਜ ਵਿਸ਼ੇਸ਼ ਤੌਰ 'ਤੇ।